ਜੀਰਾ ਦੇ ਨੇੜੇ ਪੈਂਦੇ ਪਿੰਡ ਬਲਟੋਹਾ ਵਿੱਚ ਚਾਹ ਪਕੌੜੇ ਤੇ ਪ੍ਰਸ਼ਾਦੇ ਦਾ ਲੰਗਰ ਲਗਾਇਆ ਗਿਆ। ਸੇਵਾ ਕਰ ਰਹੇ ਸੇਵਾਦਾਰ ਗੁਰਬਚਨ ਸਿੰਘ ਪੰਨੂ ਨੇ ਦੱਸਿਆ ਕਿ ਅਸੀਂ ਪਿੰਡ ਬਲਟੋਹਾ ਦੇ ਲੋਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਤਰਨ ਤਾਰਨ ਵਾਲਿਆਂ ਦੀ ਯਾਦ ਵਿੱਚ ਹਰ ਮਹੀਨੇਵਾਰ ਇਹ ਲੰਗਰ ਲਗਾਇਆ ਜਾਂਦਾ ਹੈ, ਜਿਸ ਵਿੱਚ ਨਿਰਮਲ ਸਿੰਘ, ਯੋਗਰਾਜ ਸਿੰਘ, ਹਰਭਜਨ ਸਿੰਘ, ਜਸਵੰਤ ਸਿੰਘ, ਮਨਪ੍ਰੀਤ ਸਿੰਘ, ਡਾਕਟਰ ਗੁਰਮੇਲ ਸਿੰਘ, ਹਰਦੀਪ ਸਟੂਡੀਓ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਪੂਰੀ ਸ਼ਰਧਾ ਭਾਵਨਾ ਨਾਲ ਛਕਾਇਆ ਜਾਂਦਾ ਹੈ। ਇਹ ਲੰਗਰ ਦੀ ਸੇਵਾ ਪਿੰਡ ਬਟੋਹਾ ਦੇ ਲੋਕੇ ਦੀ ਸਮੂਹ ਸੰਗਤ ਵੱਲੋਂ ਹਰ ਮਹੀਨੇ ਦੀ ਸੰਗਰਾਂਦ ਤੇ ਕੀਤੀ ਜਾਂਦੀ ਹੈ। ਇਹ ਲੰਗਰ ਸੰਤ ਬਾਬਾ ਤਾਰਾ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਦੋਵੇਂ ਪਿੰਡਾਂ ਦੇ ਸਹਿਯੋਗ ਨਾਲ ਲੰਗਰ ਲਾਉਂਦੇ ਹਾਂ। ਇਹ ਪਿੰਡ ਬਲਟੋਹਾ ਦੇ ਲੋਕਾਂ ਜੀਰਾ ਮੱਲਾਂ ਵਾਲਾ ਰੋਡ ਤੇ ਸਥਿਤ ਹੈ ਅਤੇ ਬਲਟੋਹੇ ਦੇ ਅੱਡੇ ਤੇ ਲਾਇਆ ਜਾਂਦਾ ਹੈ। SMR ਨਿਊਜ਼ ਦੇ ਲਈ ਕੈਮਰਾਮੈਨ ਤਿਲਕ ਸਿੰਘ ਰਾਏ ਦੇ ਨਾਲ ਰਣਜੀਤ ਸਿੰਘ ਰਾਏ ਦੀ ਰਿਪੋਰਟ।